ਰਿਕਸ਼ਾ ਆ ਵੀ ਕੋਲ ਲੈ ਕੇ ਆਏ ਇੰਟਰ ਰਿਕਸ਼ਾ ਨਹੀਂ ਸਮਾਨ ਲੈਣ ਮੈਡੀਸਨ ਲੈਣ ਨਹੀਂ ਲਾਊਡ ਹੈ ਅੰਦਰ ਲਿਆਉਣਾ ਰਿਕਸ਼ਾ ਹਸਪੀਟਲ ਦੇ ਅੰਦਰ ਕੋਈ ਵੈਨ ਨਹੀਂ ਗਈ ਉਹ ਵੈਨ ਵਗੈਰਾ ਜਾਂ ਕੋਈ ਮੈਂ ਤੇ ਆਪ ਡੀ ਡਿਕਸ਼ਨ ਚੋਂ ਆਈ ਹਾਂ ਮੈਡੀਸਨ ਲੈਣ ਮੈਂ ਇੱਥੇ ਡਿਊਟੀ ਨਹੀਂ ਮੇਰੀ ਮੇਰੀ ਡੀ ਡਿਕਸ਼ਨ 'ਚ ਡਿਊਟੀ ਆ ਮੇਰੀ ਇੱਥੇ ਨਹੀਂ ਡਿਊਟੀ ਮੈਂ ਮੈਡੀਸਨ ਲੈਣ ਆਈ ਹਾਂ ਨਹੀਂ ਇੱਕ ਰਿਕਸ਼ਾ ਰਿਕਸ਼ਾ ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ ਰਿਕਸ਼ਾ ਵੈਸੇ ਤੁਹਾਨੂੰ ਪਤਾ ਲਾਊਡ ਹੈਗਾ ਕਿ ਨਹੀਂ ਗਿਆ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰੂ ਨਾਨਕ 'ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀ ਡਿਕਸ਼ਨ 'ਚੋਂ ਆਈ ਹਾਂ ਮੈਂ ਤੇ ਆਵੇ ਕੋਈ ਵੋਚਰ ਬਣ ਗਈ ਇੰਡਕ ਹਰਜੀਤ ਮੈਡਮ ਗੁਰੂ ਨਾਨਕ ਹਸਪੀਟਲ ਹੈ ਸਰਕਾਰੀ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਕੇ ਗਿਆ ਭਾਜੀ ਵੇਖੋ ਇੰਨਾ ਸਮਾਨ ਅਸੀਂ ਕਿਵੇਂ ਖੜੀਏ ਸਿਰ ਤੇ ਚੱਕ ਕੇ ਖੜੀਏ ਕਿਉਂ ਹਸਪੀਟਲ ਵੱਲੋਂ ਕੋਈ ਵੈਨ ਤੇ ਵੈਨ ਭਾਜੀ ਡਿਪਾਰਟਮੈਂਟ 'ਚ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ ਵੈਸੇ ਲਾਊਡ ਹੈ ਰਿਕਸ਼ਾ ਲੈਣਾ ਅੰਦਰ ਨਹੀਂ ਹਸਪੀਟਲ ਦੇ ਅੰਦਰ ਰਿਕਸ਼ਾ ਲੈਣਾ ਲਾਊਡ ਹੈ ਵੈਸੇ ਇਹ ਦੱਸੋ ਮੈਨੂੰ ਤੁਸੀਂ ਭਾਜੀ ਪਤਾ ਨਹੀਂ ਮੈਨੂੰ ਨਹੀਂ ਲਿਆਂਦਾ ਗਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਜੀ ਹਸਪੀਟਲ ਹੈ ਉੱਥੇ ਮਰੀਜ਼ ਆਉਂਦੇ ਆ ਕੋਈ ਕੇਸ ਆਉਂਦੇ ਆ ਜਾਂ ਕੋਈ ਖਤਰਨਾਕ ਵਾਇਰਸ ਲੱਗੇ ਹੁੰਦੇ ਆ ਮਿੱਟੀ ਲੱਗੀ ਕਟਾ ਮਿੱਟੀ ਭਾਜੀ ਉਹ ਤਾਂ ਓਟੀ ਵਿੱਚ ਹੁੰਦਾ ਵਾ ਨਾ ਵੀ ਕਟਾ ਮਿੱਟੀ ਨਾ ਜਾਵੇ ਆ ਤੇ ਡਿਪਾਰਟਮੈਂਟ ਆ ਪੱਲੇ ਨਾ ਲਾਓ ਨਹੀਂ ਜੀ ਠੋਰ ਤੋਂ ਨਹੀਂ ਕਿਹੜੀ ਜਗ੍ਹਾ ਤੇ ਲੈ ਕੇ ਆਏ ਤੁਸੀਂ ਅਸੀਂ ਜੀ ਇੱਥੋਂ ਹਸਪਤਾਲ ਆਏ ਆ ਤੁਸੀਂ ਅੰਦਰ ਅਸੀਂ ਕਿਹੜੀ ਜਗ੍ਹਾ ਤੇ ਲੈ ਕੇ ਆਏ ਹੋ ਅਸੀਂ ਇੱਥੇ ਗੁਰੂ ਨਾਨਕ ਹਸਪਤਾਲ ਅੱਛਾ ਇਹ ਕੀ ਕਰ ਰਹੇ ਹੋ ਤੁਸੀਂ ਇਹ ਦਵਾਈ ਲੈਣ ਆਏ ਦਵਾਈ ਕਿੱਥੇ ਜਾਣੀ ਹੈ ਇਹ ਇੱਥੇ ਮਗਰ ਦੀ ਸਾਈਡ ਤੇ ਮਗਰਲੀ ਸਾਈਡ ਕਿਹੜੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਇਹੋ ਹੀ ਆ ਜਿੰਨੀ ਆ ਦਵਾਈ ਕੀ ਉਸੇ ਹਸਪੀਟਲ ਦੇ ਖੜੇ ਹਾਂਜੀ 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 ਇਸ ਤੋਂ ਪਹਿਲਾਂ ਤੁਸੀਂ ਰਿਕਸ਼ਾ ਲੈ ਗਏ ਨਹੀਂ ਜੀ ਅੱਜ ਹੀ ਆਇਆ ਤੇ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਤੇ ਹਸਪੀਟਲ ਦੇ ਅੰਦਰ ਰਿਕਸ਼ਾ ਲਿਆ ਨਹੀਂ ਨਹੀਂ ਉਹ ਨਾਲ ਆਪਾ ਨਾ ਭਾਈ ਮੈਡੀਕਲ ਜਾਣੀ ਤੁਹਾਡਾ ਨਾਲ ਆਪਾ ਮੈਡੀਕਲ ਕਬੀਰ ਸਿੰਘ ਮੈਡੀਕਲ ਜਾਣੀ ਤੁਹਾਨੂੰ ਇਹ ਭਾਈ ਕਿਹੜੀ ਜਗ੍ਹਾ ਤੇ ਤੁਸੀਂ ਲੈ ਗਏ ਰਿਕਸ਼ਾ ਤੇ ਕਿੱਥੇ ਇਹ ਲੈ ਗਏ ਮੁੰਡੇ ਮੈਡੀਕਲ ਕੋਈ ਆਪਣੇ ਹਸਪੀਟਲ ਦੀ ਕੋਈ ਵੈਨ ਇਹ ਆਰਟੀ ਸੈਂਟਰ ਨਾਲ ਹੀ ਥੱਲੇ ਆ ਨਹੀਂ ਰਕਸ਼ਾ ਲਾਊਡ ਹੈਗਾ ਅੰਦਰ ਹਸਪੀਟਲ ਨਹੀਂ ਪਤਾ ਨਹੀਂ ਪੁੱਛ ਲੈਣਾ ਮੁੰਡੇ ਨਹੀਂ ਇੱਕ ਹਸਪੀਟਲ ਦੇ ਅੰਦਰ ਰਕਸ਼ਾ ਲਿਆਂਦਾ